ਫਤਿਹਗੜ੍ਹ ਚੂੜੀਆਂ ਦੇ ਅਜਨਾਲਾ ਰੋਡ ਤੋਂ ਰੇਲਵੇ ਰੋਡ ਤੱਕ 41 ਲੱਖ ਰੁਪਏ ਦੀ ਲਾਗਤ ਨਾਲ ਇੰਟਰਲੌਕ ਟਾਈਲਾਂ ਨਾਲ ਬਣੀ ਨਵੀਂ ਸੜਕ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਸਰਦਾਰ ਬਾਜਵਾ ਨੇ ਕਿਹਾ ਕਿ ਅਜਨਾਲਾ ਰੋਡ ਤੋਂ ਰੇਲਵੇ ਰੋਡ ਤੱਕ ਨਵੀਂ ਬਣੀ ਸੜਕ ਨਾਲ ਲੋਕਾਂ ਨੂੰ ਵੱਡਾ ਲਾਭ ਪਹੁੰਚੇਗਾ। ਉਹਨਾਂ ਨੇ ਕਿਹਾ ਕਿ ਫਤਿਹਗੜ੍ਹ ਚੂੜੀਆਂ ਸ਼ਹਿਰ ਵਿੱਚ ਵਿਕਾਸ ਦੇ ਕੰਮ ਜ਼ੋਰਾਂ ਉੱਪਰ ਚੱਲ ਰਹੇ ਹਨ। ਫਤਿਹਗੜ੍ਹ ਚੂੜੀਆਂ ਰੋਡ ਜਿਹੜਾ ਸਰ ਸੁਖਜਿੰਦਰ ਸਿੰਘ ਰਧਾਵੇ ਹੋਰਾਂ ਨੇ ਪੱਥਰ ਰੱਖਿਆ ਸੀ ਅਤੇ ਸਾਡਾ ਵੀ ਮੇਰਾ ਵੀ ਇਲੈਕਸ਼ਨ ਦਾ ਏਜੰਡਾ ਸੀ, ਮੈਨੀਫੈਸਟੋ ਕਹਿ ਲਓ, ਮੇਰਾ ਫਤਿਹਗੜ੍ਹ ਚੂੜੀ ਦਾ ਮੈਨੀਫੈਸਟੋ ਸੀ ਆਉਂਦੀ ਸੀ ਵੀ ਸੜਕ ਅਸੀਂ 33 ਫੁੱਟ ਕਰਨੀ ਆ। ਉਹਦੀ ਪਹਿਲਾਂ ਅੰਮ੍ਰਿਤਸਰ ਪਾਸੇ ਸ਼ੁਰੂ ਹੋਈ ਸੀ, ਅੱਜ ਅਸੀਂ ਫਤਿਹਗੜ੍ਹ ਚੂੜੀ ਵਾਲੇ ਪਾਸੇ ਸ਼ੁਰੂ ਕੀਤੀ ਆ। ਇਹ ਰੇਲਵੇ ਕਰਾਸਿੰਗ ਤੱਕ ਸੀਮੈਂਟਡ ਦੀ ਬਣੇਗੀ, ਕਿਉਂਕਿ ਸ਼ਹਿਰਾਂ ਦੇ ਵਿੱਚ ਜਦੋਂ ਪਾਣੀ ਖਲੋ ਜਾਂਦਾ ਫਿਰ ਲੁੱਕ ਬੜੀ ਟੁੱਟ ਜਾਂਦੀ ਆ। ਅਸੀਂ ਆਖਿਆ ਵੀ ਸ਼ਹਿਰ ਦਾ ਪੋਰਸ਼ਨ ਜਿਹੜਾ ਸੀਮੈਂਟਡ ਬਣ ਜਾਵੇ, ਬਾਕੀ ਜਿਹੜਾ ਵਾ ਉਹ ਟਾਰਕੋਲ ਦਾ ਲੁੱਕ ਦਾ ਬਣਦਾ ਰਹੇਗਾ। ਬੜੇ ਕੁਝ ਕਰ ਰਿਹਾ, ਬੜਾ ਕੁਝ ਰਹਿੰਦਾ ਵਾ। ਵਿਕਾਸ ਇੱਕ ਐਸੀ ਚੀਜ਼ ਆ ਜਿਹੜਾ ਸਦਾ ਹੀ ਚੱਲਦਾ ਰਹਿੰਦਾ। ਮੈਂ ਜਦੋਂ ਚਲਾ ਵੀ ਜਾਵਾਂਗਾ ਉਦੋਂ ਪਿੱਛੇ ਵਿਕਾਸ ਚੱਲਦਾ ਰਹੇ। ਵਿਕਾਸ ਕਦੇ ਪੂਰਾ ਨਹੀਂ ਹੁੰਦਾ, ਆਪਣੇ ਸਮੇਂ ਮੁਤਾਬਕ ਜੋ ਸਾਡੀ ਅਕਲ ਮੁਤਾਬਕ ਜੋ ਲੋਕਾਂ ਦੀ ਸੁਜੈਸ਼ਨਾਂ ਮਿਲਦੀਆਂ ਉਹਦੇ ਮੁਤਾਬਕ ਕਰਦੇ ਰਹਿੰਦੇ ਹਾਂ, ਪਰ ਸਮੇਂ ਸਮੇਂ ਨਾਲ ਮੰਗਾਂ ਹੋਰ ਉੱਠਦੀਆਂ ਰਹਿੰਦੀਆਂ ਨੇ। ਜੋ ਕੋਸ਼ਿਸ਼ ਹੁੰਦੀ ਹੈ ਕਰਦੇ ਪਏ ਹਾਂ। ਭਾਅ ਸਾਹਿਬ, ਜਿਹੜਾ ਸੰਗਤਪੁਰਾ ਰੋਡ ਹੈ ਜੀ, ਉਹਦਾ ਜਿਹੜਾ ਆਪਣਾ ਕੰਮ ਚੱਲ ਰਿਹਾ, ਸੜਕ ਦਾ ਬਹੁਤ ਸਲੋਹ ਚੱਲ ਰਿਹਾ ਜੀ। ਹਾਂ, ਉਹ ਐਕਸ਼ਨ ਸਾਹਿਬ ਇੱਥੇ ਹੀ ਨੇ, ਸਲੋਹ ਚੱਲ ਰਿਹਾ, ਲੱਗੇ ਹੋਏ ਆ ਥੋੜ੍ਹਾ ਮੌਸਮ ਕਰਕੇ, ਠੰਡ ਦਾ ਮੌਸਮ ਹੈ, ਸੜਕਾਂ ਥੋੜ੍ਹਾ ਘੱਟ ਪਾਉਂਦੀਆਂ ਨੇ, ਪਰ ਛੇਤੀ ਮੁਕਾ ਦੇਵੇ। ਭਾਅ ਸਾਹਿਬ, ਕੇਜਰੀਵਾਲ ਨੇ ਦਿੱਲੀ 'ਚ ਆਪਣੀ ਵਿਧਾਨ ਸਭਾ 'ਚ ਕਾਪੀਆਂ ਪਾੜੀਆਂ ਜੀ, ਉਹਦੀਆਂ ਕਾਨੂੰਨ ਦੀਆਂ, ਤਿੰਨ ਖੇਤੀ ਕਾਨੂੰਨ ਦੀਆਂ ਜੀ। ਖੈਰ ਜੀ, ਜੇ ਕੇਜਰੀਵਾਲ ਸਾਹਿਬ ਬਹੁਤ ਸਿਆਣੇ, ਜੇ ਕਾਪੀਆਂ ਪਾੜਿਆਂ ਕੰਮ ਸਰਦਾ ਹੁੰਦਾ ਤਾਂ ਕਦੇ ਦਾ ਕੰਮ ਸਰ ਜਾਂਦਾ। ਜੇ ਕੈਪਟਨ ਅਮਰਿੰਦਰ ਸਿੰਘ ਨੇ ਜ਼ਰੂਰਤ ਕੀਤੀ ਆ ਉਹਨਾਂ ਦੇ ਖਿਲਾਫ਼ ਰੈਜੋਲਿਊਸ਼ਨ ਪਾਸ ਕਰਨ ਦੀ, ਉਹਨਾਂ ਦੇ ਖਿਲਾਫ਼ ਉਹਨਾਂ ਆਪਣਾ ਕਾਨੂੰਨ ਬਣਾਉਣ ਦੀ, ਕੇਜਰੀਵਾਲ ਸਾਹਿਬ ਨੂੰ ਹੀ ਕਾਪੀਆਂ ਪਾੜਨ ਦੀ, ਉਹ ਵੀ ਬਹੁਤ ਲੇਟ, ਨੋਟੀਫਿਕੇਸ਼ਨ ਪਹਿਲਾਂ ਕਰਦੇ ਤੇ ਉਹਨਾਂ ਦੇ ਹੱਕ 'ਚ, ਅੱਜ ਕਿਤੇ ਸਾਲ ਪਿੱਛੋਂ ਕਾਪੀਆਂ ਪਾੜੀਆਂ ਨੇ, ਉਹ ਵੀ ਵੋਟਾਂ ਦੇ ਲਾਲਚ ਨੂੰ ਕਰਨ ਡਿਆ ਨੇ। ਲੋਕ ਹੁਣ ਇੰਨੇ ਬੇਖੂਨੀ ਲੋਕ ਸਾਥੋਂ ਕਿਤੇ ਸਿਆਣੇ ਨੇ, ਲੋਕ ਸਭ ਕੁਝ ਦੇਖਦੇ ਨੇ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਆਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। ਯੂਟਿਊਬ ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਆਫੀਸ਼ੀਅਲ ਯੂਟਿਊਬ ਚੈਨਲ ਅਜੀਤ ਵੈਬ ਟੀਵੀ। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ, ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ, ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।